ਸਤਿ ਸ਼੍ਰੀ ਅਕਾਲ ਜੀ, ਮੈਂ ਫਿਰੋਜ਼ਪੁਰ ਤੋਂ ਸੰਤੋਸ਼ ਰਾਣੀ ਬੋਲ ਰਹੀ ਹਾਂ। ਮੈਨੂੰ ਕੁਛ ਗੋਡਿਆਂ ਦੀ ਕੁਛ ਟਾਈਮ ਤੋਂ 15 ਸਾਲ ਪਹਿਲਾਂ ਤੋਂ ਗੋਡਿਆਂ ਦੀ ਪ੍ਰੋਬਲਮ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਵਿਜੇ ਕੁਮਾਰ ਫਿਰੋਜ਼ਪੁਰ ਤੋਂ। ਇਹ ਮੇਰੇ ਮੰਮਾ ਨੇ ਸ਼੍ਰੀਮਤੀ ਸੰਤੋਸ਼ ਰਾਣੀ। ਇਹਨਾਂ ਨੂੰ 15 ਸਾਲ ਤੋਂ ਜੁਆਇੰਟਸ ਦੀ ਅਤੇ ਵੇਟਸ ਦੀ ਪ੍ਰੋਬਲਮ ਚੱਲ ਰਹੀ ਹੈ। ਇਹਨਾਂ ਦਾ ਟ੍ਰੀਟਮੈਂਟ ਲੁਧਿਆਣਾ ਔਰਥੋ ਡਾਕਟਰ ਹੈ, ਉਹਨਾਂ ਕੋਲ ਚੱਲ ਰਿਹਾ ਸੀ। ਉਹਨਾਂ ਨੇ ਰਿਕਮੈਂਡ ਕੀਤਾ ਸੀ ਕਿ ਇਹਨਾਂ ਦੀ ਆਪਾਂ ਵੇਟ ਦੀ ਸਰਜਰੀ ਕਰਾਈਏ, ਜਿਹਦੇ ਕਰਕੇ ਕਿ ਇਹਨਾਂ ਨੂੰ ਗੋਡਿਆਂ ਤੋਂ ਵੀ ਆਰਾਮ ਨਾਲ ਚੱਲਿਆ ਜਾਊਗਾ। ਪਰ ਇਹਨਾਂ ਦੀ ਪ੍ਰੋਬਲਮ ਅਸੀਂ ਡਿਸਕਸ ਲੁਧਿਆਣਾ ਦੇ ਵਿੱਚ ਸਰਜਰੀ ਵਾਸਤੇ ਡਿਸਕਸ ਕੀਤਾ 1-2 ਡਾਕਟਰ ਨਾਲ। ਸਾਨੂੰ ਉੱਧਰੋਂ ਕੋਈ ਅੱਛੇ ਰਿਜ਼ਲਟਸ ਨਹੀਂ ਮਿਲੇ, ਦੇਖਿਆ ਅਸੀਂ, ਅਤੇ ਉਹਨਾਂ ਨੂੰ ਇੱਦਾਂ ਦੀ ਕੋਈ ਕੰਪਲੀਕੇਸ਼ਨ ਨਹੀਂ ਸੀ। ਬਹੁਤ ਅੱਛਾ ਰਿਜ਼ਲਟ ਮਿਲਿਆ। ਉਹਨਾਂ ਦਾ ਵੇਟ ਵੀ ਸੀ 154 kg, ਹੁਣ 60 to 70 ਉਹਨਾਂ ਦਾ ਰਿਮੂਵ ਹੋ ਚੁੱਕਿਆ ਵੇਟ 6 ਮੰਥ ਦੇ ਅੰਦਰ। ਬਹੁਤ ਅੱਛੇ ਰਿਜ਼ਲਟ ਮਿਲੇ, ਸਾਡਾ ਵੀ ਉਤਸ਼ਾਹ ਵਧਿਆ। ਅਸੀਂ ਦੇਖਿਆ ਵੀ ਮੰਮਾ ਵੀ ਤੁਸੀਂ ਵੀ ਓਪਰੇਟ ਕਰਾਓ, ਇਹਨਾਂ ਦਾ ਮਨ ਬਣਿਆ ਮੰਮਾ ਦਾ। ਇਹਨਾਂ ਨੇ ਕਿਹਾ ਵੀ ਮੈਂ ਵੀ ਓਪਰੇਟ ਕਰਾਉਣੇ। ਫਿਰ ਅਸੀਂ ਡਾਕਟਰ ਕੋਲ ਆਏ, ਨੀਅਰ ਅਬਾਊਟ ਕੋਈ 1 ਮੰਥ ਬਾਅਦ ਫਿਰ ਮੀਟਿੰਗ ਕੀਤੀ ਡਾਕਟਰ ਸਾਹਿਬ ਨਾਲ। ਮੋਗਾ ਆ ਕੇ, ਮੋਗਾ ਕੋਸਮਿਕ ਹੋਸਪਿਟਲ ਹੈ ਸਰ ਦਾ, ਥਾਪਰ ਹੋਸਪਿਟਲ ਤੋਂ, ਉੱਥੇ ਆ ਕੇ ਮਿਲੇ ਡਾਕਟਰ ਸਾਹਿਬ ਨੂੰ। ਉਹਨਾਂ ਨੇ ਫਿਰ ਸਾਨੂੰ ਅੱਛੀ ਤਰ੍ਹਾਂ ਅਟੈਂਡ ਕੀਤਾ, ਇੱਥੋਂ ਦੀ ਫੈਸਿਲਿਟੀ ਦੇਖੀ ਅਸੀਂ, ਇੱਥੋਂ ਦਾ ਸਟਾਫ ਦੇਖਿਆ, ਸਾਰਿਆਂ ਦੀ ਬਹੁਤ ਅੱਛੀ ਨੇਚਰ। ਦੇਖੋ, ਪੈਸਾ ਨਹੀਂ ਹੁੰਦਾ ਸਭ ਕੁਝ, ਇੱਕ ਆਪਣੇ ਸਰੀਰ ਵਾਸਤੇ, ਆਪਾਂ ਸਰੀਰ ਨੂੰ ਚਲਾਉਣ ਵਾਸਤੇ, ਸਾਰੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਵੀ ਆਪਣੇ ਸਰੀਰ ਨੂੰ ਸੈੱਟ ਕਰਨ ਵਾਸਤੇ। ਡਾਕਟਰ ਸਾਹਿਬ ਨਾਲ ਡਿਸਕਸ ਕੀਤਾ, ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਵੀ ਤੁਸੀਂ ਓਪਰੇਟ ਕਰਾਓ, ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ, ਇਹ ਬਿਲਕੁਲ ਫਿੱਟ ਹੋ ਜਾਣਗੇ। ਇਹਨਾਂ ਦਾ ਵੇਟ ਵੀ ਰਿਮੂਵ ਹੋਏਗਾ, ਨੀਅਰ ਅਬਾਊਟ 6 ਮੰਥ ਲੱਗ ਸਕਦੇ ਆ, ਜਾਂ 1 ਈਅਰਸ ਵੀ ਲੱਗ ਸਕਦਾ। ਬਾਕੀ ਇਹਨਾਂ ਕੋਲ ਚੱਲਿਆ ਨਹੀਂ ਜਾ ਰਿਹਾ, ਜਿਵੇਂ ਇਹ ਵੋਕਰ ਯੂਜ ਕਰਦੇ ਆਪਣੀ, ਉਹਦੇ ਕਰਕੇ ਥੋੜ੍ਹੀ ਸੀ ਇਹਨਾਂ ਦਾ, ਮਤਲਬ ਵੀ ਟਾਈਮ ਲੱਗ ਸਕਦਾ। ਬਾਕੀ ਇੱਦਾਂ ਦੀ ਕੋਈ ਦਿੱਕਤ ਨਹੀਂ ਹੈ, ਕਿਉਂਕਿ ਇਸ ਟਾਈਮ ਇਹਨਾਂ ਦਾ ਵੇਟ ਸੀ ਜਦੋਂ ਅਸੀਂ ਡਾਕਟਰ ਸਾਹਿਬ ਨੂੰ ਆ ਕੇ ਮਿਲੇ 124 kg ਸੀ। ਫਿਰ ਅਸੀਂ ਜਦ 15 ਦਿਨ ਬਾਅਦ ਡਾਕਟਰ ਸਾਹਿਬ ਨੇ ਨੈਕਸਟ ਮੀਟਿੰਗ ਕੀਤੀ ਸੀ, ਇੱਥੇ ਸਟਿਚਿਜ ਓਪਨ ਕਰਨ ਵਾਸਤੇ ਬੁਲਾਇਆ ਸੀ, ਓਪਨ ਕਰਾਏ, ਵੇਟ ਇਹਨਾਂ ਦਾ 7 kg ਜਾਂ 8 kg ਦੇ ਨੀਅਰ ਅਬਾਊਟ ਰਿਮੂਵ ਹੋ ਚੁੱਕਿਆ। ਬਹੁਤ ਅੱਛੇ ਰਿਜ਼ਲਟ ਮਿਲੇ ਸਾਨੂੰ 15 ਦਿਨ ਦੇ ਵਿੱਚ, ਬਹੁਤ ਅੱਛੇ ਰਿਜ਼ਲਟ ਮਿਲੇ। ਅਤੇ ਸਾਨੂੰ ਉਮੀਦ ਹੈ, ਮੈਨੂੰ ਲੱਗਦਾ ਅੱਗੇ ਵੀ ਜਾ ਕੇ ਇਹ ਆਸਾਨੀ ਨਾਲ ਚੱਲ ਵੀ ਪਾਉਣਗੇ। ਸਾਨੂੰ ਬਹੁਤ ਹੌਸਲਾ ਮਿਲਿਆ ਵੀ ਇਹ ਓਪਰੇਟ ਕਰਾਇਆ। ਅਸੀਂ ਇਹ ਕਹਿੰਦੇ ਹਾਂ ਵੀ ਸੋਚਣਾ ਨਹੀਂ ਚਾਹੀਦਾ, ਆਪਣੇ ਸਰੀਰ ਤੋਂ ਵੱਧ ਕੇ ਕੁਛ ਨਹੀਂ ਹੈ, ਠੀਕ ਹੈ। ਪੈਸਾ ਨਹੀਂ ਨਾਲ ਜਾਣਾ, ਸਰੀਰ ਸੈੱਟ ਹੈ ਅਤੇ ਆਪਾਂ ਬਿਲਕੁਲ ਫਿੱਟ ਹਾਂ। ਮੈਂ ਤਾਂ ਇਹ ਰਿਕਮੈਂਡ ਕਰਾਂਗਾ ਵੀ ਕਿਸੇ ਨੂੰ ਇੱਦਾਂ ਦੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਤਾਂ ਉਹ ਡਾਕਟਰ ਸਾਹਿਬ ਨੂੰ ਮੋਗਾ ਦੇ ਵਿੱਚ ਆ ਕੇ, ਕੋਸਮਿਕ ਹੋਸਪਿਟਲ, ਥਾਪਰ ਹੋਸਪਿਟਲ ਵਿੱਚ ਆ ਕੇ ਮਿਲੋ। ਇਹ ਓਪਰੇਟ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਨੂੰ ਤੋਂ ਨਿਜਾਤ ਮਿਲਦੀ ਹੈ, ਜਿਵੇਂ ਕਿ ਆਪਾਂ ਨੂੰ BP ਦੀ ਪ੍ਰੋਬਲਮ ਹੈ, ਜਾਂ ਬਲੱਡ ਸ਼ੂਗਰ ਦੀ ਪ੍ਰੋਬਲਮ, ਸ਼ੂਗਰ ਦੀ ਪ੍ਰੋਬਲਮ ਹੈ, ਜਾਂ ਹਾਰਟ ਦੀ ਪ੍ਰੋਬਲਮ ਹੈ, ਇੱਦਾਂ ਦੀਆਂ ਕਈ ਪ੍ਰੋਬਲਮ ਤੋਂ ਆਪਾਂ ਨੂੰ ਨਿਜਾਤ ਮਿਲੇਗੀ। ਇਸ ਕਰਕੇ ਮੈਂ ਕਹਿੰਦਾ ਵੀ ਇਹ ਜਿਹੜਾ ਓਪਰੇਟ ਹੈ ਇਹਨਾਂ ਵਾਸਤੇ ਬਹੁਤ ਸਕਸੈਸ ਹੈ, ਇੱਦਾਂ ਦਾ ਚਰਬੀ ਦਾ ਓਪਰੇਟ ਬਹੁਤ ਸਕਸੈਸ ਹੈ। ਆਪਾਂ ਨੂੰ ਆ ਕੇ ਸਰ ਨਾਲ ਇੱਕ ਵਾਰ ਮਿਲਣਾ ਜ਼ਰੂਰ ਚਾਹੀਦਾ, ਅਤੇ ਮੈਂ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਵੀ ਇਹਨਾਂ ਨੇ ਮੰਮਾ ਨੂੰ ਇੰਨਾ ਸਪੋਰਟ ਕੀਤਾ, ਸਟਾਫ ਨੇ ਇਹਨਾਂ ਨੂੰ ਸਪੋਰਟ ਕੀਤਾ। ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕਫੁੱਲ ਹਾਂ। ਥੈਂਕ ਯੂ ਜੀ।